ਆਪਣੇ ਘਰ ਛੱਡ ਕੇ 6-7 ਮਹੀਨੇ ਕਿਸੇ ਹੋਰ ਜਗ੍ਹਾ ਤੇ ਠੰਡ ਵਿੱਚ ਬਾਰਡਰ ਤੇ ਸੌਣਾ, ਤਰਪਾਲਾਂ ਦੇ ਥੱਲੇ ਸੌਣਾ, ਸੜਕਾਂ ਤੇ ਰੋਟੀਆਂ ਬਣਾ ਖਾਣੀਆਂ ਸੌਖਾ ਨੀਗਾ ਸ਼ਿਵ ਸੈਨਾ ਵਾਲਿਓ? ਜੇ ਸੌਖਾ ਲੱਗਦਾ ਹੈ ਆਓ ਨਾਲ ਦੋ ਰਾਤਾਂ ਕੱਟ ਕੇ ਦਿਖਾਓ। ਟੰਡਨ ਜੀ ਆ ਜਾਓ, ਕੱਟੋ ਦੋ ਰਾਤਾਂ, ਨਾਲ ਜਿਹੜੇ ਭਾਈ ਸਾਹਿਬ ਬੋਲਦੇ ਨੇ ਇਹਨਾਂ ਨੂੰ ਵੀ ਲੈ ਆਓ, ਦੋ ਰਾਤਾਂ ਕੱਟ ਕੇ ਦਿਖਾਓ। ਸਿਰਫ ਸਿਕਿਉਰਟੀਆਂ ਲੈਣ ਦੇ ਲਈ ਅਵਲ ਟਵਲੀਆਂ ਨਾ ਮਾਰੋ। ਜੇ ਇਸ ਤਰੀਕੇ ਦੇ ਨਾਲ ਤੁਹਾਡੇ ਸਰੀਰਕ ਬਣਤਰ ਇਸ ਵੇਲੇ, ਮੈਂ ਗਾਰੰਟੀ ਨਾਲ ਕਹਿ ਸਕਦਾ ਤੁਸੀਂ 10-10 ਮਿੰਟ ਲਗਾਤਾਰ ਤੁਰ ਵੀ ਨਹੀਂ ਸਕਦੇ। ਤੁਸੀਂ ਕਿਸਾਨਾਂ ਦੀਆਂ ਰੀਸਾਂ ਕਰਨੀਆਂ? ਇਹ ਸਿਰਫ ਹਿੰਦੂ ਸਮਾਜ ਨੂੰ ਆਪਣੇ ਪਿੱਛੇ ਲਾਉਣ ਲਈ, ਸਮਾਜ ਦੇ ਵਿੱਚ ਸਿੱਖਾਂ ਅਤੇ ਹਿੰਦੂਆਂ ਦੇ ਵਿੱਚ ਭੜਕਾ ਪੈਦਾ ਕਰਨ ਲਈ ਜਾਂ ਲੜਾਈਆਂ ਝਗੜੇ ਕਰਾਉਣ ਦੇ ਤਰੀਕੇ ਨੇ ਇਹ ਜੋ ਤੁਸੀਂ ਕਰ ਰਹੇ ਹੋ। ਕਿਸਾਨ ਦੇ ਪੁੱਤ ਨੇ ਮੋਟਰਸਾਈਕਲ ਲੈ ਲਿਆ, ਕਿਸਾਨ ਜੇ ਪੁੱਤ ਨੇ ਮੋਟਰਸਾਈਕਲ ਲੈ ਲਿਆ, ਗੱਡੀਆਂ ਲੈ ਲਈਆਂ, ਕੈਨੇਡਾ ਅਮੈਰੀਕਾ ਚਲ ਗਏ, ਆਪਣੀਆਂ ਜ਼ਮੀਨਾਂ ਵੇਚਦੇ ਨੇ। ਸ਼ਿਵ ਸੈਨਾ ਤੁਹਾਡੇ ਨਾਵਾਂ ਨਾਲ ਨਹੀਂ ਜੱਚਦਾ, ਕਿਉਂਕਿ ਸ਼ਿਵ ਸੈਨਾ ਨੂੰ ਫੋਲੋ ਕਰਨ ਵਾਲੇ ਜਾਂ ਸ਼ਿਵ ਨੂੰ ਮੰਨਣ ਵਾਲੇ ਇੱਦਾਂ ਦੀ ਬੋਲੀ ਕਦੇ ਵੀ ਨਹੀਂ ਬੋਲਣਗੇ। ਆਪਣੇ ਬੋਲਾਂ ਨੂੰ ਸੁਧਾਰੋ, ਆਪਣੀ ਸੋਚ ਨੂੰ ਸੁਧਾਰੋ। ਜੇ ਤੁਸੀਂ ਉਹਨਾਂ ਦਾ ਸਾਥ ਨਹੀਂ ਦੇ ਸਕਦੇ, ਉਹਨਾਂ ਨੂੰ ਨਿੰਦੋ ਵੀ ਨਾ। ਇੱਕ ਚੀਜ਼ ਮੈਂ ਹੋਰ ਦੇਖੀ ਅੱਜ, ਸ਼ਿਵ ਸੈਨਾ ਦੇ ਆਗੂ ਰਾਜੀਵ ਟੰਡਨ ਜੀ ਅਤੇ ਨਾਲ ਇੱਕ ਦੋ ਬੰਦੇ ਹੋਰ ਬੈਠ ਕੇ ਇੱਕ ਨਿਊਜ਼ ਚੈਨਲ ਨੂੰ ਇੰਟਰਵਿਊ ਦੇ ਰਹੇ ਸੀ ਕਿ ਜੋ ਕਿਸਾਨ ਕਰ ਰਿਹਾ ਇਹ ਗਲਤ ਕਰ ਰਿਹਾ। ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਸ਼ਿਵ ਸੈਨਾ ਬਹੁਤ ਵੱਡਾ ਨਾਂ ਆ, ਸ਼ਿਵ ਦੀ ਸੈਨਾ, ਸ਼ਿਵਾਂ ਦੀ ਸੈਨਾ, ਜਿਨ੍ਹਾਂ ਨੂੰ ਅਸੀਂ ਤੁਸੀਂ ਸਾਰੀ ਦੁਨੀਆ ਨਮਸਤਕ ਹੁੰਦੀ ਹੈ, ਉਹਨਾਂ ਦੇ ਮੋਹਰੇ ਝੁਕਦੇ ਆ, ਕਿਉਂਕਿ ਸ਼ਿਵ ਮਹਾਰਾਜ, ਸ਼ਿਵ ਦਾ ਨਾਂ ਹੀ ਇਹ ਆਪਣੇ ਆਪ ਵਿੱਚ ਵਿਸ਼ਾਲ ਆ, ਇਸ ਤੋਂ ਅੱਗੇ ਕੁਛ ਨਹੀਂ। ਸ਼ਿਵ ਮਹਾਰਾਜ ਦਾ ਨਾਂ ਹੀ ਇੰਨਾ ਵਿਸ਼ਾਲ ਆ। ਸ਼ਿਵ ਮਹਾਰਾਜ ਦਾ ਨਾਂ ਲਾ ਕੇ ਸ਼ਿਵ ਸੈਨਾ ਬਣਾਈ। ਸ਼ਿਵ ਸੈਨਾ ਦਾ ਮੋਟਿਵ ਤਾਂ ਇਹ ਹੋਣਾ ਚਾਹੀਦਾ ਸੀ ਕਿ ਜਿੱਥੇ ਜਿੱਥੇ ਜ਼ੁਲਮ ਹੋ ਰਿਹਾ, ਗਲਤ ਹੋ ਰਿਹਾ, ਮਾੜਾ ਹੋ ਰਿਹਾ, ਉਹਨਾਂ ਦੇ ਨਾਲ ਖੜ੍ਹੇ ਹੋਣਾ। ਸ਼ਿਵ ਸੈਨਾ ਦਾ ਮੋਟਿਵ ਤਾਂ ਇਹ ਹੋਣਾ ਚਾਹੀਦਾ, ਨਾ ਕਿ ਸ਼ਿਵ ਸੈਨਾ ਦਾ ਮੋਟਿਵ ਇਹ ਹੋਣਾ ਚਾਹੀਦਾ ਕਿ ਆਪਣੇ ਆਪ ਲਈ ਸਿਕਿਉਰਿਟੀ ਲੈਣ ਲਈ, ਆਪਣੀਆਂ ਜੇਬਾਂ ਭਰਨ ਲਈ, ਜਾਂ ਆਪਣੇ ਪਰਿਵਾਰ ਨੂੰ ਸਿਕਿਉਰਿਟੀਆਂ ਦਿਵਾਉਣ ਦੇ ਲਈ, ਜਾਂ ਆਪਣੀ ਇੱਕ ਵੱਖਰੀ ਪੋਲੀਟੀਕਲ ਪਾਰਟੀ ਬਣਾ ਕੇ ਵੋਟਾਂ ਬਟੋਰ ਕੇ ਪੈਸੇ ਇਕੱਠੇ ਕਰਨ ਦੇ ਲਈ, ਜੇ ਤਾਂ ਸ਼ਿਵ ਸੈਨਾ ਦਾ ਮੋਟਿਵ ਇਹ ਹੈ, ਫਿਰ ਤਾਂ ਮੋਟਿਵ ਬਿਲਕੁਲ ਗਲਤ ਹੈ। ਜਿਸ ਤਰ੍ਹਾਂ ਦੀ ਸ਼ਬਦਾਵਲੀ ਰਾਜੀਵ ਟੰਡਨ ਜੀ ਅਤੇ ਨਾਲ ਇੱਕ ਹੋਰ ਕੋਈ ਸੱਜਣ ਸੀ ਬੈਠੇ, ਮੈਨੂੰ ਨਾਮ ਨਹੀਂ ਪਤਾ, ਜਿਸ ਤਰ੍ਹਾਂ ਦੀ ਸ਼ਬਦਾਵਲੀ ਇਹਨਾਂ ਨੇ ਅੱਜ ਵਰਤੀ ਹੈ ਕਿਸਾਨਾਂ ਦੇ ਲਈ, ਮੇਰੀ ਨਜ਼ਰ ਵਿੱਚੋਂ ਨਿੰਦਣਯੋਗ ਹੈ। ਨਿੰਦਣਯੋਗ ਸ਼ਬਦ ਉਹਨਾਂ ਨੇ ਵਰਤੇ ਨੇ ਕਿ ਕਿਸਾਨ ਟਰੈਕਟਰ ਵੱਡੇ ਚਲਾਉਂਦੇ ਨੇ, ਗੱਡੀਆਂ ਲੈਂਦੇ ਨੇ, ਮੋਟਰਸਾਈਕਲ ਲੈਂਦੇ ਨੇ, ਵੱਡੇ ਘਰ ਲੈਂਦੇ ਨੇ, ਨਿਆਣਿਆਂ ਨੂੰ ਬਾਹਰ ਭੇਜਦੇ ਨੇ, ਫਿਰ ਜਦੋਂ ਪੈਸਾ ਸਿਰ 'ਤੇ ਚੜ੍ਹ ਜਾਂਦਾ ਫਿਰ ਕਹਿੰਦੇ ਜੀ ਸਾਡਾ ਕਰਜ਼ਾ ਮਾਫ਼ ਕਰੋ, ਸਾਡਾ ਕਰਜ਼ਾ ਮਾਫ਼ ਕਰੋ। ਫਿਰ ਇੱਕ ਉਹਨਾਂ ਨੇ ਇੱਕ ਗੱਲ ਹੋਰ ਕਹੀ ਕਿ ਮੈਂ ਕੱਪੜੇ ਬਣਾਉਣੇ ਬੰਦ ਕਰ ਦੇਵਾਂ ਤਾਂ ਮੇਰੇ 'ਤੇ ਕਰਜ਼ਾ ਚੜ੍ਹ ਜਾਏ ਤਾਂ ਮੈਂ ਵੀ ਇੱਦਾਂ ਕਰਨ ਲੱਗ ਪਵਾਂ, ਮੈਨੂੰ ਵੀ ਕਰਜ਼ਾ ਮਾਫ਼ ਕਰੋ, ਮੇਰਾ ਵੀ ਕਰਜ਼ਾ ਮਾਫ਼ ਕਰੋ। ਅਤੇ ਰਾਜੀਵ ਟੰਡਨ ਜੀ ਕਹਿੰਦੇ ਨੇ ਕਿ ਮੈਂ ਘਰ 'ਤੇ ਲੋਨ ਲਿਆ, ਮੈਂ ਵੀ ਕੱਲ੍ਹ ਕਹੂੰਗਾ ਮੇਰਾ ਕਰਜ਼ਾ ਮਾਫ਼ ਕਰੋ, ਕਰਜ਼ਾ ਮਾਫ਼ ਕਰੋ। ਇਹਨਾਂ ਦੋ ਤਿੰਨ ਚੀਜ਼ਾਂ 'ਤੇ ਮੈਂ ਆਂਸਰ ਦੇਣਾ ਚਾਹੁੰਦਾ ਜਿੰਨੀ ਕੁ ਬੁੱਧੀ ਮੇਰੇ ਕੋਲ ਹੈਗੀ ਹੈ। ਕਿਸਾਨਾਂ ਦੀ ਲਾਈਫ ਦੀ ਜਿਹੜੀ ਜਰਨੀ ਹੈ ਉਹਨੂੰ ਆਪਣੇ ਨਾਲ ਕੰਪੈਰੀਜ਼ਨ ਨਾ ਕਰੋ, ਨੰਬਰ 1। ਨੰਬਰ 2, ਮਿੱਟੀ 'ਚ ਮਿੱਟੀ ਹੋਣਾ ਅਤੇ ਸਾਫ਼ ਸੁਥਰੇ ਕੱਪੜੇ ਪਾ ਕੇ ਆ ਕੇ ਕੁਰਸੀ 'ਤੇ ਬੈਠਣਾ, ਜ਼ਮੀਨ ਆਸਮਾਨ ਦਾ ਫ਼ਰਕ ਹੈ। ਨੰਬਰ 3, ਸ਼ਹਿਰਾਂ ਦੇ ਵਿੱਚ ਕੰਮ ਕਰਨ ਵਾਲਿਆਂ ਦੇ ਬਿਜ਼ਨਸ ਨੇ, ਆਪਣੇ ਸ਼ੋਪਾਂ ਨੇ, ਕੱਪੜੇ ਦਾ, ਇਲੈਕਟ੍ਰੋਨਿਕਸ ਦਾ,
ਜਾਂ ਮਠਿਆਈਆਂ ਦੀਆਂ ਦੁਕਾਨਾਂ, ਕੁਛ ਵੀ ਬਿਜ਼ਨਸ ਨੇ ਜਿਹੜੇ, ਉਹਨਾਂ ਦੇ ਕੋਲ 10-10 15-15 ਪ੍ਰਵਾਸੀ ਬੰਦੇ ਆ ਕੇ ਕੰਮ ਕਰਦੇ ਨੇ, ਅਤੇ ਅਸੀਂ ਸਿਰਫ ਬੌਸ ਬਣ ਕੇ ਕੁਰਸੀਆਂ 'ਤੇ ਬਹਿੰਦੇ ਹਾਂ ਪੈਸੇ ਫੜਨ ਨੂੰ। ਜਦੋਂ ਗੱਲ ਆਉਂਦੀ ਕਿਸਾਨ ਦੀ, ਕਿਸਾਨ ਕਿਸਾਨ ਦਾ ਪੁੱਤ, ਕਿਸਾਨ ਦਾ ਪੂਰਾ ਟੱਬਰ, ਮਿੱਟੀ ਦੇ ਨਾਲ ਮਿੱਟੀ ਹੁੰਦਾ, ਚਾਹੇ ਉਹਨੂੰ ਮੂਲੀਆਂ ਉਗਾਉਣੀਆਂ ਹੋਣ, ਚਾਹੇ ਉਹਨੂੰ ਸ਼ਲਗਮ ਉਗਾਉਣੇ ਹੋਣ, ਚਾਹੇ ਉਹਨੂੰ ਕਣਕ ਬੀਜਣੀ ਹੋਵੇ, ਚਾਹੇ ਉਹਨੂੰ ਝੋਨਾ ਬੀਜਣਾ ਹੋਵੇ, ਉਹ ਬਰਾਬਰ ਮਿੱਟੀ ਨਾਲ ਮਿੱਟੀ ਹੁੰਦਾ। ਉਹ ਜੇ 6 ਮਹੀਨੇ ਇੱਕ ਫਸਲ ਬੀਜ ਕੇ ਮਿੱਟੀ ਨਾਲ ਮਿੱਟੀ ਹੋ ਕੇ ਆਪਣਾ ਹੱਕ ਮੰਗਦਾ ਕਿ ਇਹ ਮੇਰਾ ਹੱਕ ਆ ਕਿ ਇਹਨੂੰ ਮੈਂ ਇੰਨੇ ਦੀ ਵੇਚਾਂ, ਉਹ ਗੁਨਾਹ ਨਹੀਂ ਕਰਦਾ, ਉਹਦਾ ਹੱਕ ਹੈ। ਤੁਸੀਂ ਇਗਜ਼ਾਮਪਲ ਦਿੱਤੀ ਹੈ, ਜੇ ਫੋਰ ਇਗਜ਼ਾਮਪਲ ਤੁਸੀਂ ਕੱਪੜੇ ਬਣਾਉਂਦੇ ਹੋ, ਇਹ ਜੇ ਜੈਕਟ ਬਣਾਈ ਹੋਈ ਤੁਹਾਨੂੰ 30 ਰੁਪਈਏ 'ਚ ਪੈਂਦੀ ਹੈ, ਤਾਂ ਤੁਸੀਂ ਮਾਰਕੀਟ 'ਚ 50 'ਚ ਤਾਂ ਵੇਚੋਗੇ ਨਾ, 40 'ਚ ਤਾਂ ਵੇਚੋਗੇ ਨਾ। ਸਰਕਾਰ ਥੋੜ੍ਹੀ ਤੈਅ ਕਰੇਗੀ ਕਿ ਜੈਕਟ ਤੁਸੀਂ ਕਿੰਨੇ ਦੀ ਵੇਚਣੀ ਹੈ, ਖਰਚਾ ਤਾਂ ਇਹਨੂੰ ਬਣਾਉਣ 'ਤੇ ਤੁਸੀਂ ਆਪ ਕੀਤਾ, ਤੁਹਾਨੂੰ ਪਤਾ ਕਿ 30 ਰੁਪਈਏ ਲੱਗੇ ਨੇ ਬਣਾਵਟਿਆ ਦੀ, 50 ਵੇਚਾਂਗਾ ਤਾਂ ਜੇਬ 'ਚ ਕੁਛ ਆਏਗਾ। ਉਹ ਕਿਸਾਨ ਨੂੰ ਨਹੀਂ ਮਿਲ ਰਿਹਾ, ਉਹ ਕਿਸਾਨ ਤੈਅ ਨਹੀਂ ਕਰ ਪਾ ਰਿਹਾ, ਉਹਨੂੰ MSP ਨਹੀਂ ਮਿਲ ਰਹੀ, ਉਹ ਮਿੱਥੀ ਹੋਈ ਤੈਅ ਰਕਮ ਨਹੀਂ ਮਿਲ ਰਹੀ ਗਵਰਨਮੈਂਟ ਵੱਲੋਂ ਕਿ ਤੁਹਾਡੇ 'ਤੇ ਇਹ ਬੀਜਣ ਤੋਂ ਬਾਅਦ ਇੰਨਾ ਪੈਸਾ ਸਾਡੇ ਵੱਲੋਂ ਤੁਹਾਨੂੰ ਮਿਲੇਗਾ ਹੀ ਮਿਲੇਗਾ, ਚਾਹੇ ਮੀਂਹ ਨੇਰੀ ਆਵੇ, ਤੂਫਾਨ ਆ ਜਾਏ, ਕਣਕ ਸੜ ਜਾਏ, ਝੋਨਾ ਸੜ ਜਾਏ, ਫਸਲ ਖਰਾਬ ਹੋ ਜਾਏ, ਅਸੀਂ ਬੈਠੇ ਹਾਂ ਕਿਉਂਕਿ ਕਿਸਾਨ ਨੇ ਤਾਂ ਪੈਸਾ ਚੱਕ ਕੇ ਉਹ ਫਸਲ ਬੀਜਣ 'ਚ ਇਨਵੈਸਟ ਕਰਤਾ, ਉਹਨੇ ਲਿਮਿਟ ਚੱਕੀ, ਉਹਨੇ ਬੈਂਕ ਤੋਂ ਲਿਆ, ਉਹਨੇ ਸੋਨਾ ਵੇਚਿਆ, ਉਹਨੇ ਕੁਛ ਵੀ ਕੀਤਾ, ਉਹਨੇ ਇਨਵੈਸਟ ਕੀਤਾ। ਇਨਵੈਸਟ ਕਰਨ ਤੋਂ ਬਾਅਦ ਜਦੋਂ ਉਹਨੂੰ ਘਾਟਾ ਪੈਂਦਾ, ਉਹ ਕਿਹਦੇ ਵੱਲ ਨੂੰ ਦੇਖੇ? ਤੁਹਾਡੀਆਂ ਸ਼ੌਪਾਂ 'ਤੇ ਖੜਾ ਹੋ ਜਾਏ ਆ ਕੇ। ਤੁਸੀਂ ਕੀ ਚਾਹੁੰਦੇ ਹੋ ਦੱਸੋ? ਤੁਹਾਡੇ ਕੱਪੜਿਆਂ ਦੇ ਸਟੋਰਾਂ ਮੁਹਰੇ ਆ ਕੇ ਖੜੇ ਹੋ ਜਾਣ ਕਿਸਾਨ ਕਿ ਲਿਆ ਵੀ ਤੂੰ ਦੇ ਪੈਸੇ। ਹੁਣ ਅਸੀਂ ਸਰਕਾਰ ਤੋਂ ਮੰਗਦੇ ਹਾਂ, ਤੁਹਾਨੂੰ ਪ੍ਰੋਬਲਮ ਹੈ, ਤੁਸੀਂ ਦਿਓ। ਸਰਕਾਰ ਜਨਤਾ ਦੀ ਮਾਂ ਹੁੰਦੀ ਹੈ। ਜਦੋਂ ਬੱਚੇ ਨੂੰ ਭੁੱਖ ਲੱਗਦੀ ਹੈ ਜਾਂ ਲੋੜ ਹੁੰਦੀ ਨਾ, ਆਪਣੀ ਮਾਂ ਨੂੰ ਹੀ ਅਪਰੋਚ ਕਰਦਾ। ਅਤੇ ਸਰਕਾਰਾਂ ਦੇਸ਼ ਵਿੱਚ ਰਹਿੰਦੇ ਹਰ ਵਰਗ ਦੀਆਂ ਮਾਵਾਂ ਹੁੰਦੀਆਂ। ਜੇ ਕਿਸਾਨ ਨੂੰ ਘਾਟਾ ਪੈ ਰਿਹਾ ਤਾਂ ਆਪਣੀ ਮਾਂ ਕੋਈ ਜਾਣਗੇ, ਸਰਕਾਰ ਨੂੰ ਹੀ ਕਹਿਣਗੇ ਕਿ ਸਾਨੂੰ ਬੈਕਅਪ ਚਾਹੀਦਾ। ਅਤੇ ਉਹ ਕੋਈ ਗੁਨਾਹ ਨਹੀਂ ਕਰ ਰਿਹਾ, ਉਹਨਾਂ ਦੇ ਨਾਲ ਪਿਛਲੇ ਅੰਦੋਲਨ ਵਿੱਚ ਇਹ ਫੈਸਲੇ ਹੋਏ ਸੀ, ਉਹਨਾਂ ਦੇ ਹੱਕ 'ਚ ਹੋਏ ਸੀ, ਮੰਨੀਆਂ ਗਈਆਂ ਸੀ ਮੰਗਾਂ। ਉਹਨਾਂ 'ਚੋਂ ਕਈ ਇੱਦਾਂ ਦੀਆਂ ਮੰਗਾਂ ਨੇ ਜਿਹੜੀਆਂ ਡਿਲੀਵਰ ਨਹੀਂ ਹੋਈਆਂ, ਕਈ ਇੱਦਾਂ ਦੀਆਂ ਮੰਗਾਂ ਨੇ ਜਿਹੜੀਆਂ ਡਿਲੀਵਰ ਵੀ ਹੋਈਆਂ ਨੇ। ਮੈਂ ਇੱਥੇ ਇੱਕ ਚੀਜ਼ ਕਲੀਅਰ ਕਰਦੇ ਹਾਂ, ਆਪਾਂ ਕਿਸੇ ਵੀ ਖਿਲਾਫ਼ ਗੱਲ ਨਹੀਂ ਕਰ ਰਹੇ, ਨਾ ਆਪਾਂ ਗਵਰਨਮੈਂਟ ਆਫ ਇੰਡੀਆ ਦੇ ਖਿਲਾਫ਼ ਗੱਲ ਕਰ ਰਹੇ ਹਾਂ, ਨਾ ਆਪਾਂ ਆਪਾਂ ਸ਼ਿਵ ਸੈਨਾ ਦੇ ਖਿਲਾਫ਼ ਗੱਲ ਕਰ ਰਹੇ ਹਾਂ, ਨਾ ਆਪਾਂ ਕਿਸਾਨਾਂ ਦੇ ਖਿਲਾਫ਼ ਗੱਲ ਕਰ ਰਹੇ ਹਾਂ, ਆਪਾਂ ਫੈਕਟਸ 'ਤੇ ਗੱਲ ਕਰਨੀ ਹੈ। ਜੋ ਐਜ਼ ਏ ਹਿਊਮਨ ਬੀਂਗ ਆਪਾਂ ਜੋ ਦੇਖਦੇ ਹਾਂ, ਫੈਕਟਸ 'ਤੇ ਗੱਲ ਕਰਨੀ ਹੈ ਕਿ ਸਹੀ ਕੀ ਹੈ ਅਤੇ ਗਲਤ ਕੀ ਹੈ। ਸੋ ਸ਼ਿਵ ਸੈਨਾ ਵਾਲਿਓ, ਮੈਂ ਤੁਹਾਨੂੰ ਜ਼ਿਆਦਾ ਡੀਟੇਲ 'ਚ ਨਹੀਂ ਜਾਣਾ ਚਾਹੁੰਦਾ, ਮੈਂ ਤੁਹਾਨੂੰ 2-4 ਗੱਲਾਂ 'ਚ ਕਹਿਣੀਆਂ ਚਾਹੁੰਦਾ ਕਿ ਆਪਣਾ ਕੰਪੈਰੀਜ਼ਨ ਪਿੰਡਾਂ ਦੇ ਕਿਸਾਨਾਂ ਨਾਲ ਨਾ ਕਰੋ। ਤੁਹਾਡੇ ਬਿਜ਼ਨਸ ਹੋ ਸਕਦੇ ਆ, ਇੱਕ 10,000 ਰੁਪਈਆ ਫਾਈਨੈਂਸ 'ਤੇ ਦੇ ਕੇ ਤਾਂ 10 ਸਾਲ ਉਹਦਾ ਵਿਆਜ ਖਾਣਾ, ਕਿਸਾਨ ਦਾ ਬਿਜ਼ਨਸ ਨਹੀਂ ਹੈਗਾ। ਤੁਹਾਡੇ ਬਿਜ਼ਨਸ ਹੋ ਸਕਦੇ ਆ ਛੋਟੀਆਂ ਦੁਕਾਨਾਂ 'ਤੇ ਲਿਮਿਟਾਂ, ਬੈਂਕ ਤੋਂ ਲੋਨ ਲੈ ਕੇ ਬਿਜ਼ਨਸ ਚਲਾਉਣੇ, ਅਤੇ ਉਹਨਾਂ ਦੁਕਾਨਾਂ 'ਚੋਂ ਰਿਟਰਨ ਕਰ ਲੈਣੇ, ਕਿਉਂਕਿ ਤੁਹਾਨੂੰ ਪਤਾ ਮਾਰਕੀਟ 'ਚ ਕਸਟਮਰ ਤੁਹਾਨੂੰ ਮਿਲਣਾ। ਕਿਸਾਨ ਨੂੰ ਨਹੀਂ ਪਤਾ ਕਿ ਉਹਨੇ ਝੋਨਾ ਬੀਜਿਆ, ਕਣਕ ਬੀਜੀ ਜਾਂ ਕੋਈ ਹੋਰ ਕੋਈ ਫਸਲ ਬੀਜੀ ਆ, ਉਹਦੀ ਰਿਟਰਨ ਮਿਲਣੀ ਹੈ, ਉਹਨੂੰ ਨਹੀਂ ਪਤਾ। ਤੁਹਾਨੂੰ ਪਤਾ ਕਿ ਤੁਸੀਂ ਜੇ ਲੁਧਿਆਣੇ ਤੋਂ ਜਾਂ ਕਿਤੋਂ ਹੋਰ ਤੋਂ ਜਗ੍ਹਾ ਤੋਂ ਮਾਲ ਚੱਕਦੇ ਹੋ,
ਤੇ ਉਹ ਮਾਲ ਵੇਚ ਕੇ ਤੁਸੀਂ ਉਹਦੀ ਭਰਪਾਈ ਕਰ ਦੇਣੀ ਹੈ। ਕਿਸਾਨ ਕੋਲ ਆਪਸ਼ਨ ਨਹੀਂ ਹੈਗੀ, ਉਹ ਰੱਬ ਦੇ ਆਸਰੇ ਹੁੰਦਾ ਜਦੋਂ ਜ਼ਮੀਨ ਵੇਚਦਾ, ਪਤਾ ਨਹੀਂ ਗੜੇ ਪੈ ਜਾਣੇ, ਮੀਂਹ ਪੈ ਜਾਣਾ, ਕੀ ਹੋ ਜਾਣਾ। ਉੱਥੇ ਬੈਕਅਪ ਚਾਹੀਦਾ, ਤਾਂ ਬੈਕਅਪ ਕੀ ਹੈ? ਸਰਕਾਰ ਹੈ, ਤਾਂ ਸਰਕਾਰ ਦੇ ਕੋਲੋਂ ਨਹੀਂ ਉਹਨਾਂ ਨੇ ਆਪਣੀਆਂ ਮੰਗਾਂ ਮੰਗਣੀਆਂ ਤਾਂ ਕਿਹਦੇ ਕੋਲ ਮੰਗਣੀਆਂ? ਅਨੇਕ ਚੀਜ਼ ਹੋਰ ਹੈ, ਜਦੋਂ ਕੋਈ ਕਿਸਾਨ ਅੰਦੋਲਨ ਦੇ ਵਿੱਚ ਫੈਸਲਾ ਬਣਦਾ ਕਿ ਅਸੀਂ ਉੱਥੇ ਜਾ ਕੇ ਸੜਕ ਰੋਕੀਏ ਜਾਂ ਸਰਕਾਰ ਕੋਲ ਪ੍ਰਦਰਸ਼ਨ ਕਰੀਏ, ਇਹ ਲੋਕਤੰਤਰ 'ਚ ਹੱਕ ਹੈ ਆਪਣੀ ਆਵਾਜ਼ ਉਠਾਉਣੀ। ਲੋਕਤੰਤਰ ਹੈ, ਗਵਰਨਮੈਂਟ ਆਫ ਇੰਡੀਆ ਭਾਰਤ ਦਾ ਜਿਹੜਾ ਸੰਵਿਧਾਨ ਹੈ ਉਹ ਆਜ਼ਾਦੀ ਦਿੰਦਾ ਇਸ ਚੀਜ਼ ਦੀ ਕਿ ਤੁਸੀਂ ਆਪਣੀ ਆਵਾਜ਼ ਉਠਾ ਸਕਦੇ ਹੋ। ਇਹ 'ਚ ਗਲਤ ਤਾਂ ਕੁਛ ਵੀ ਨਹੀਂ। ਆਪਣੇ ਘਰ ਛੱਡ ਕੇ 6-6, 7-7 ਮਹੀਨੇ ਕਿਸੇ ਹੋਰ ਜਗ੍ਹਾ 'ਤੇ ਠੰਡ ਵਿੱਚ ਬਾਰਡਰ 'ਤੇ ਸੌਣਾ, ਤਰਪਾਲਾਂ ਦੇ ਥੱਲੇ ਸੌਣਾ, ਸੜਕਾਂ 'ਤੇ ਰੋਟੀਆਂ ਬਣਾ ਖਾਣੀਆਂ ਸੌਖਾ ਨਹੀਂ ਗਾ ਸ਼ਿਵ ਸੈਨਾ ਵਾਲਿਓ? ਜੇ ਸੌਖਾ ਲੱਗਦਾ ਹੈ ਆਓ ਨਾਲ ਦੋ ਰਾਤਾਂ ਕੱਟ ਕੇ ਦਿਖਾਓ। ਟੰਡਨ ਜੀ ਆ ਜਾਓ, ਕੱਟੋ ਦੋ ਰਾਤਾਂ, ਨਾਲ ਜਿਹੜੇ ਭਾਈ ਸਾਹਿਬ ਬੋਲਦੇ ਨੇ ਇਹਨਾਂ ਨੂੰ ਵੀ ਲੈ ਆਓ, ਦੋ ਰਾਤਾਂ ਕੱਟ ਕੇ ਦਿਖਾਓ। ਜੇ ਇਸ ਤਰੀਕੇ ਦੇ ਨਾਲ ਤੁਹਾਡੇ ਸਰੀਰਕ ਬਣਤਰ ਹੈ ਇਸ ਵੇਲੇ, ਮੈਂ ਗਾਰੰਟੀ ਨਾਲ ਕਹਿ ਸਕਦਾ ਤੁਸੀਂ 10-10 ਮਿੰਟ ਲਗਾਤਾਰ ਤੁਰ ਵੀ ਨਹੀਂ ਸਕਦੇ। ਤੁਸੀਂ ਕਿਸਾਨਾਂ ਦੀਆਂ ਰੀਸਾਂ ਕਰਨੀਆਂ? ਇਹ ਜਿਹੜੇ ਤੁਸੀਂ ਵਿਚਾਰ ਆਪਣੇ ਦਿੰਦੇ ਹੋ, ਪੁਆਇੰਟ ਵਿਊ ਰੱਖਦੇ ਹੋ, ਰੱਖ ਸਕਦੇ ਹੋ, ਪਰ ਸ਼ਿਵ ਸੈਨਾ ਨੂੰ ਆਪਣੇ ਨਾਲ ਨਾਲ ਲਾ ਲਓ। ਸ਼ਿਵ ਸੈਨਾ ਤੁਹਾਡੇ ਨਾਵਾਂ ਨਾਲ ਨਹੀਂ ਜੱਚਦਾ, ਕਿਉਂਕਿ ਸ਼ਿਵ ਸੈਨਾ ਨੂੰ ਫੋਲੋ ਕਰਨ ਵਾਲੇ ਜਾਂ ਸ਼ਿਵ ਨੂੰ ਮੰਨਣ ਵਾਲੇ ਇੱਦਾਂ ਦੀ ਬੋਲੀ ਕਦੇ ਵੀ ਨਹੀਂ ਬੋਲਣਗੇ, ਕਦੇ ਵੀ ਨਹੀਂ ਬੋਲਣਗੇ। ਇਹ ਜਿਹੜੀਆਂ ਤੁਸੀਂ ਗੱਲਾਂ, ਚੋਖੀਆਂ ਗੱਲਾਂ ਕਰਦੇ ਹੋ, ਇਹ ਸਿਰਫ ਜ਼ਿਆਦਾ ਵਿਊ ਲੈਣ ਲਈ, ਹਿੰਦੂ ਸਮਾਜ ਨੂੰ ਆਪਣੇ ਪਿੱਛੇ ਲਾਉਣ ਲਈ, ਸਮਾਜ ਦੇ ਵਿੱਚ ਸਿੱਖਾਂ ਅਤੇ ਹਿੰਦੂਆਂ ਦੇ ਵਿੱਚ ਭੜਕਾ ਪੈਦਾ ਕਰਨ ਲਈ, ਜਾਂ ਲੜਾਈਆਂ ਝਗੜੇ ਕਰਾਉਣ ਦੇ ਤਰੀਕੇ ਨੇ ਇਹ ਜੋ ਤੁਸੀਂ ਕਰ ਰਹੇ ਹੋ। ਕਿਸਾਨ ਦੇ ਪੁੱਤ ਨੇ ਮੋਟਰਸਾਈਕਲ ਲੈ ਲਿਆ, ਕਿਸਾਨ ਜੇ ਪੁੱਤ ਨੇ ਮੋਟਰਸਾਈਕਲ ਲੈ ਲਿਆ, ਗੱਡੀਆਂ ਲੈ ਲਈਆਂ, ਕੈਨੇਡਾ ਅਮੈਰੀਕਾ ਚਲ ਗਏ, ਆਪਣੀਆਂ ਜ਼ਮੀਨਾਂ ਵੇਚਦੇ ਨੇ। ਯਾਦ ਰੱਖਣਾ, ਕਿਸਾਨ ਉਹ ਹੀ ਰੋਂਦਾ ਹੈ ਉੱਥੇ ਆ ਕੇ ਜਿਹਦੇ ਸਿਰ ਸੱਚੀ ਕਰਜ਼ਾ ਚੜ੍ਹ ਗਿਆ, ਜਿਹਨੂੰ ਸੋਚਿਆ ਸੀ 10 ਲੱਖ ਦੀ ਫਸਲ ਹੋਊਗੀ, ਜਿੱਦਣ ਕੱਟਣ ਗਿਆ ਉੱਦਣ 15 ਦਿਨ ਪਹਿਲਾਂ ਮੀਂਹ ਪੈ ਗਿਆ ਤਾਂ 1.5 ਲੱਖ ਦੀ ਵੀ ਨਹੀਂ ਹੋਈ। ਉਹ ਰੋਂਦਾ, ਉਹ ਲਟਕੇ ਮਿਲਦੇ ਨੇ ਦਰਖਤਾਂ ਅਤੇ ਪਿੰਡਾਂ ਵਿੱਚ। ਆਪਣੇ ਬੋਲਾਂ ਨੂੰ ਸੁਧਾਰੋ, ਆਪਣੀ ਸੋਚ ਨੂੰ ਸੁਧਾਰੋ। ਜੇ ਤੁਸੀਂ ਉਹਨਾਂ ਦਾ ਸਾਥ ਨਹੀਂ ਦੇ ਸਕਦੇ, ਉਹਨਾਂ ਨੂੰ ਨਿੰਦੋ ਵੀ ਨਾ, ਤਾਂ ਹੋ ਸਕੇ ਤਾਂ ਸ਼ਿਵ ਸੈਨਾ ਜਿਹੜਾ ਅੱਖਰ ਹੈ, ਜਿਹੜਾ ਵਰਡ ਆ, ਇਹਨੂੰ ਆਪਣੇ ਨਾਂ ਨਾਲੋਂ ਹਟਾ ਲਓ, ਬੈਸਟ ਰਹੇਗਾ। ਕਿਉਂਕਿ ਸ਼ਿਵ ਨੂੰ ਅਸੀਂ ਸਭ ਪੂਜਦੇ ਹਾਂ, ਅਸੀਂ ਸ਼ਿਵ ਮਹਾਰਾਜ ਅੱਗੇ ਸਭ ਧੌਣ ਝੁਕਾਉਂਦੇ ਹਾਂ, ਪਰ ਮੈਂ ਇੰਨਾ ਕਹਿ ਸਕਦਾ ਜੇ ਸ਼ਿਵ ਦਾ ਭਗਤ ਹੈ ਉਹ ਇੱਦਾਂ ਦੀ ਸ਼ਬਦਾਵਲੀ ਨਹੀਂ ਵਰਤਦਾ। ਉਹ ਮੋਰਲੇ ਦਾ ਦੁੱਖ ਸੁਣੇਗਾ, ਦੇਖੇਗਾ, ਸਮਝੇਗਾ, ਫਿਰ ਮੂੰਹ ਖੋਲੇਗਾ। ਸਿਰਫ ਸਿਕਿਉਰਟੀਆਂ ਲੈਣ ਦੇ ਲਈ ਅਵਲ ਟਵਲੀਆਂ ਨਾ ਮਾਰੋ, ਇਹ ਅਵਲ ਟਵਲੀਆਂ ਹੈ, ਇਹ ਅਵਲ ਟਵਲੀਆਂ। ਪੰਜਾਬੀ ਹੋਣ ਦੇ ਨਾਤੇ ਪੰਜਾਬੀਆਂ ਦੇ ਨਾਲ ਖੜੋ, ਰਾਜਨੀਤੀ ਬਾਅਦ ਵਿੱਚ। ਆਪਾਂ ਕਿਸੇ ਪਾਰਟੀ ਦੀ ਸਾਈਡ 'ਚ ਨਹੀਂ ਗਏ, ਇਸ ਵੇਲੇ ਆਪਾਂ ਕਿਸਾਨਾਂ ਦੇ ਹੱਕ ਦੀ ਸਾਈਡ ਦੀ ਗੱਲ ਕਰਨੀ ਹੈ, ਕਿਸਾਨਾਂ ਦੇ ਹੱਕ ਦੀ, ਕਿ ਜੋ ਉਹਨਾਂ ਦਾ ਜੈਨੂਅਨ ਬਣਦਾ ਉਹਨਾਂ ਨੂੰ ਦਿਓ, ਜੋ ਨਹੀਂ ਬਣਦਾ ਉਹਨਾਂ ਨਾਲ ਬੈਠ ਕੇ ਗੱਲ ਕਰੋ, ਉਹਨਾਂ 'ਤੇ ਗੋਲੀਆਂ ਨਾ ਚਲਾਓ, ਉਹਨਾਂ 'ਤੇ ਗੈਸਾਂ ਨਾ ਸਿੱਟੋ, ਆਪਣੇ ਬੰਦੇ ਨੇ। ਤੋ ਸ਼ਿਵ ਸੈਨਾ ਵਾਲਿਓ, ਰਾਜੀਵ ਟੰਡਨ ਜੀ, ਥੋੜ੍ਹਾ ਜਿਹਾ ਸੋਚ ਵਿਚਾਰ ਕੇ ਆਪਣੇ ਆਪਣੇ ਕਮੈਂਟ ਦਿਓ, ਸੋਚ ਵਿਚਾਰ ਕੇ, ਕਿਉਂਕਿ ਭਾਈਚਾਰਾ ਤਾਂ ਹੀ ਕਾਇਮ ਰਹਿ ਸਕਦਾ ਪੰਜਾਬ ਦੇ ਵਿੱਚ, ਪਿਆਰ ਤਾਂ ਹੀ ਬਣਿਆ ਰਹਿ ਸਕਦਾ ਜੇ ਇੱਦਾਂ ਦੀਆਂ ਚੌਖੀਆਂ ਗੱਲਾਂ ਆਪਾਂ ਨਾ ਕਰੀਏ, ਉਹ ਵੀ ਇੰਟਰਨੈੱਟ 'ਤੇ ਆ ਕੇ, ਉਹ ਵੀ
ਟੀਵੀ ਤੇ ਬੈਠ ਕੇ, ਇਹ ਸ਼ੋਭਾ ਨਹੀਂ ਦਿੰਦੀਆਂ। ਆਓ ਸਾਰੇ ਰਲ ਮਿਲ ਕੇ ਕਿਸਾਨਾਂ ਦੇ ਹੱਕ ਵਿੱਚ ਨਾਰਾ ਮਾਰੀਏ, ਜੈ ਜਵਾਨ ਜੈ ਕਿਸਾਨ।